ਭਗਵੰਤ ਸਿੰਘ ਮਾਨ ਨੇ ਦੋ ਦਾਅਵੇ ਕੀਤੇ ਸੀ। ਇੱਕ ਉਹ ਕਹਿੰਦੇ ਸੀਗੇ ਕਿ ਅਸੀਂ ਝੋਨੇ ਦੀ ਬਿਜਾਈ ਮੌਕੇ ਬਿਜਲੀ ਸਪਲਾਈ ਨਿਰੰਤਰ ਦੇਵਾਂਗੇ, ਬਿਜਲੀ ਦੇ ਕੱਟ ਲਾਉਣੇ ਤਾਂ ਦੂਰ ਬਿਜਲੀ ਝਮੱਕਾ ਵੀ ਨਹੀਂ ਮਾਰੂਗੀ। ਬਿਜਲੀ ਬਾਰੇ ਜੋ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਉਹ 100% ਪੂਰਾ ਹੋਇਆ ਜੀ। ਅੱਛਾ ਜੀ। ਹਾਂ, ਦੋ ਲੇਬਰਾਂ ਲੱਗੀਆਂ ਹੋਈਆਂ, ਤੁਸੀਂ ਦੇਖ ਸਕਦੇ 40 ਬੰਦੇ ਮੇਰੇ ਝੋਨਾ ਲਾਈ ਜਾਂਦੇ ਆ ਜੀ, ਤੇ ਮੋਟਰਾਂ ਬਿਲਕੁਲ ਬੰਦ। ਅੱਛਾ ਜੀ। ਹਾਂਜੀ, ਤੇ ਲਾਈਟ ਵੀ ਹੈਗੀ ਹੈ ਜੀ। ਪਹਿਲੀਆਂ ਸਰਕਾਰਾਂ 'ਚ ਲਾਈਟ ਆਉਂਦੀ ਬਹੁਤ ਘੱਟ ਹੁੰਦੀ ਜੀ, ਹੁਣ ਜਿਹੜੀ ਹੁਣ ਤਾਂ ਲਾਈਟ 24 ਘੰਟੇ ਚੱਲੀ ਜਾਂਦੀ ਜੀ, ਉਹ ਬਲਬ ਵੇਖ ਲਓ ਹੀ ਚੱਲੀ ਜਾਂਦਾ। ਧਰਨੇ ਧੁਰਨੇ ਵੀ ਵੇਖੇ ਆ, ਜਦੋਂ ਜਾਂਦੇ ਸੀਗੇ ਘਰਦਿਆਂ ਨਾਲ ਜਾਂਦੇ ਸੀ ਅਤੇ ਧਰਨਿਆਂ 'ਤੇ ਵੀ ਗਏ ਆ, ਅਤੇ ਪਰ ਹੁਣ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹਦੇ ਨਾਲ ਜੇ ਵੇਖਿਆ ਜਾਵੇ ਤਾਂ ਤੁਸੀਂ ਆਪ ਹੀ ਵੇਖ ਸਕਦੇ ਹੋ ਵੀ ਲਾਈਟ ਤਾਂ ਹੈਗੀ ਆ ਪਰ ਮੋਟਰਾਂ ਜੋ ਨੇ ਉਹ ਬੰਦ ਪਈਆਂ ਨੇ ਅਤੇ ਵਾਹਣ ਆ ਜੋ ਪਾਣੀ ਨਾਲ ਭਰੇ ਪਏ ਆ ਅਤੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ। ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਵੀ ਪਾਣੀ ਤਾਂ ਠੀਕ ਚੱਲੀ ਜਾਂਦਾ ਮਗਰੋਂ, ਪਰ ਜਿਹੜੇ ਰਜਵਾਹੇ ਅੱਜ ਕੰਡਮ ਹੋ ਚੁੱਕੇ ਆ ਉਹਨਾਂ ਦੀ ਥੋੜ੍ਹੀ ਬਹੁਤੀ ਮੁਰੰਮਤ ਕੀਤੀ ਜਾਵੇ ਤਾਂ ਕਿਸਾਨ ਨੂੰ ਕੋਈ ਸੁੱਖ ਦਾ ਸਹਾਰ। ਉੱਥੇ ਸੁਖਵੀਰ ਬਾਦਲ ਨੇ ਨੀਂਹ ਪੱਥਰ ਵੀ ਰੱਖਿਆ ਹੋਇਆ ਜੀ ਵੀ ਇੱਥੇ ਤੁਹਾਨੂੰ ਕੱਸੀ ਬਣਾ ਦਿਆਂਗੇ, ਪਾਣੀ ਪਹੁੰਚੂਗਾ। ਉਹ ਨੀਂਹ ਪੱਥਰ ਹੀ ਰਹਿ ਗਿਆ, ਨੀਂਹ ਪੱਥਰ ਹੀ ਰਹਿ ਗਿਆ, ਪਰ ਉਹਦੀ ਮਗਰੋਂ ਫਿਰ ਕੋਈ ਕਾਂਗਰਸ ਸਰਕਾਰ ਨੇ ਵੀ ਸੁਣਾਈ ਨਹੀਂ ਕੀਤੀ ਜੀ, ਉਹਨਾਂ ਦੀ ਸਰਕਾਰ ਵੀ ਲੰਘੀ ਉਸੇ ਤਕਾਂ ਪਿਆ ਗਈ। ਮਾੜਾ ਮੋਟਾ ਝਮੱਕਾ ਮਾਰਦੀ ਹੁਣ ਠੀਕ ਹੈ ਜੀ ਲਾਈਟ ਜੀ। ਅਸੀਂ ਬਹੁਤ ਧਰਨੇ ਮੁਜ਼ਾਹਰੇ ਪਿਛਲੀ ਵਾਰ ਕੀਤੇ ਹੈ, ਐਰਕੀ ਜਿਹੜੀ ਉਹ ਜਿਵੇਂ ਭਗਵੰਤ ਮਾਨ ਪਹਿਲਾਂ ਹੀ ਕੋਈ ਰੱਬ ਵੱਲੋਂ ਮਿਲਿਆ ਕਿਸੇ ਨੂੰ ਇਹਨਾਂ ਦਾ ਵੀ ਮੈਰ ਕੇ ਮੋਟਰਾਂ ਬੰਦ ਕਰਾ ਦੂੰ। ਅੱਜ ਦੀ ਗੱਲ ਹੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਸਾਡੇ ਪਿੰਡ 'ਚ ਮੋਟਰਾਂ ਬੰਦ ਸੀ। ਜਿਹੜਾ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਬਈ ਧਰਤੀ ਹੇਠਲਾ ਪਾਣੀ ਦੀ ਬਜਾਏ ਨਾ ਤੁਹਾਨੂੰ ਅਸੀਂ ਨਹਿਰਾਂ 'ਤੇ ਨਿਰਭਰ ਕਰ ਦਾਂਗੇ, ਨਹਿਰੀ ਪਾਣੀ ਕਿੰਨਾ ਕੁ ਮਿਲ ਰਿਹਾ? ਨਹਿਰੀ ਪਾਣੀ ਵੀ ਬਹੁਤ ਆ ਰਿਹਾ ਜੀ। ਨਹਿਰਾਂ, ਕੱਸੀਆਂ, ਸੂਹਿਆਂ, ਰਜਵਾਹਿਆਂ ਬਾਰੇ ਵਾਧੂ ਆ ਜੀ ਪਾਣੀ, ਵਾਧੂ ਆ। ਹਾਂਜੀ, ਵਾਧੂ ਸਾਰਿਆਂ ਦੇ। ਕਿਸਾਨ ਪਾਣੀ ਖਰਾਬ ਕਰ ਜੀ, ਕਿਸਾਨ ਪਾਣੀ ਨਹੀਂ ਖਰਾਬ ਕਰ ਸਕਦਾ, ਕਿਸਾਨ ਤਾਂ ਲੋਕਾਂ ਨੂੰ ਰੋਜ਼ੀ ਰੋਟੀ ਦਿੰਦਾ, ਅੰਨ ਦਿੱਤਾ। ਹਾਂਜੀ, ਇੰਡਸਟਰੀਆਂ ਜੋ ਆ ਸਾਰੇ ਸ਼ਹਿਰਾਂ ਦੇ ਵਿੱਚ ਕਿੰਨਾ ਪਾਣੀ ਵੇਸਟ ਹੁੰਦਾ ਜੀ, ਉਹਨਾਂ ਦੀ ਰੋਕਥਾਮ ਵਾਸਤੇ ਗੌਰਮੈਂਟ ਨੂੰ ਇੱਕ ਕਦਮ ਚੰਗੇ ਚੁੱਕਣੇ ਚਾਹੀਦੇ। ਕੀ ਨਾਮ ਹੈ ਜੀ ਆਪਣਾ? ਗੁਰਲਾਲ ਸਿੰਘ ਜੀ। ਗੁਰਲਾਲ ਸਿੰਘ ਜੀ, ਪਿਤਾ ਦਾ ਨਾਂ? ਸਰਦਾਰ ਜਗਦੀਪ ਸਿੰਘ ਜੀ। ਸਰਦਾਰ ਜਗਦੀਪ ਸਿੰਘ ਜੀ, ਕਿਹੜਾ ਪਿੰਡ ਆ? ਪਿੰਡ ਜੀ ਸਪੀਕਰ ਸਾਹਿਬ ਵਾਲਾ ਪਿੰਡ, ਸੰਧਵਾ ਪਿੰਡ ਜੀ। ਅੱਛਾ, ਸਪੀਕਰ ਸਾਹਿਬ ਵਾਲਾ ਪਿੰਡ ਆ। ਹਾਂਜੀ। ਇਹ ਕਿੰਨੇ ਏਕੜ ਤੁਸੀਂ ਕਾਸ਼ਤ ਕਰਦੇ ਹੋ ਇੱਥੇ? 15 ਕਿੱਲੇ ਕਰਦੇ ਜੀ। 15 ਕਿੱਲੇ ਝੋਨਾ ਲਾਉਣੇ ਹੋ? ਹਾਂਜੀ। ਬਿਜਲੀ ਬਾਰੇ ਦੱਸਿਓ ਜੋ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ। ਬਿਜਲੀ ਬਾਰੇ ਜੋ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਉਹ 100% ਪੂਰਾ ਹੋਇਆ ਜੀ। ਅੱਛਾ ਜੀ। ਹਾਂ, ਦੋ ਲੇਬਰਾਂ ਲੱਗੀਆਂ ਹੋਈਆਂ, ਤੁਸੀਂ ਦੇਖ ਸਕਦੇ 40 ਬੰਦੇ ਮੇਰੇ ਝੋਨਾ ਲਾਈ ਜਾਂਦੇ ਆ ਜੀ, ਤੇ ਮੋਟਰਾਂ ਬਿਲਕੁਲ ਬੰਦ ਪਈਆਂ ਜੀ। ਅੱਛਾ ਜੀ। ਹਾਂਜੀ, ਤੇ ਲਾਈਟ ਵੀ ਹੈਗੀ ਹੈ ਜੀ, ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ। ਉਹ ਕਹਿੰਦੇ ਝਪੱਕਾ ਵੀ ਨਹੀਂ ਮਾਰਨਾ? ਬਿਲਕੁਲ, ਸਾਨੂੰ ਬੰਦ ਕਰਕੇ ਜਾਣੀ ਪੈਂਦੀ ਹੈ ਜੀ। ਬੰਦ ਕਰਕੇ ਜਾਣੀ ਪੈਂਦੀ? ਹਾਂਜੀ। ਅੱਗੇ ਚੱਲਦੀਆਂ ਰਹਿੰਦੀਆਂ ਸੀ? ਅੱਗੇ ਤਾਂ ਜੀ ਅਸੀਂ ਇਹ ਸੋਚਦੇ ਸੀ ਵੀ ਕਦੋਂ ਬੰਦ ਹੋਵੇ, ਅਸੀਂ ਆਪਦੇ ਇੰਜਨ ਹੀ ਚਲਾ ਲਗੇ। ਅੱਛਾ। ਹਾਂ, ਉਹ ਲਾਈਟ ਆਉਂਦੀ ਸੀ 10-15 ਮਿੰਟ ਚੱਲਦੀ ਸੀ, ਫਿਰ ਬੰਦ ਹੋ ਜਾਂਦੀ। ਅਕਾਲੀ ਦਲ ਦੀ ਸਰਕਾਰ ਮੌਕੇ, ਕਾਂਗਰਸ ਮੌਕੇ ਆਉਂਦੀ ਸੀ 5-6 ਘੰਟੇ ਆਉਂਦੀ ਸੀ, 8 ਘੰਟੇ। ਅਕਾਲੀ ਸਰਕਾਰ ਮੌਕੇ ਜਾਂ ਕਾਂਗਰਸ ਸਰਕਾਰ ਮੌਕੇ ਜਿਹੜੇ ਧਰਨੇ ਲੱਗਦੇ ਸੀ? ਹਾਂ, ਧਰਨੇ ਫਿਰ ਤਾਂ ਹੀ ਲੱਗਦੇ ਸੀ ਜਦੋਂ ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਮਿਲਦੀ ਸੀ। ਐਤਕੀ ਨਹੀਂ ਲੱਗਣੇ? ਮੇਰੇ ਖਿਆਲ ਤਾਂ ਜ਼ਰੂਰਤ ਹੀ ਨਹੀਂ ਜੀ। ਅੰਗਰੇਜ਼ ਸਿੰਘ ਜੀ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਸੀ ਲਾਈਟ ਬਾਰੇ, ਵੀ ਲਾਈਟ ਬਹੁਤ ਆਊਗੀ, ਵਾਕਈ ਉਹ ਰਿਕਾਰਡ ਤੋੜ ਲਾਈਟ ਆਈ ਹੈ ਜੀ। ਜਿਨ ਲੋਕਾਂ ਨੂੰ ਮੋਟਰਾਂ ਬੰਦ ਕਰਕੇ ਜਾਣੀਆਂ ਪੈਂਦੀਆਂ, ਅੱਗੇ ਜਿਹੜੀ ਲਾਈਟ ਆਉਂਦੀ ਸੀਗੀ ਬਹੁਤ ਘੱਟ ਲਾਈਟ ਆਉਂਦੀ ਸੀਗੀ, ਲੋਕ ਉਡੀਕਦੇ ਰਹਿੰਦੇ ਸੀਗੇ ਅਸੀਂ ਬੋਰ ਚਲਾ ਕੇ ਕੱਦੂ ਕਰਕੇ ਜਾਂ ਕਿਵੇਂ ਵੀ ਰਾਤ ਬਰਾਤੇ ਤੁਰੇ ਫਿਰਦੇ ਸੀਗੇ ਵੀ ਇਹਦੇ ਲਾਈਟ ਆ ਗਈ ਕਿ ਨਹੀਂ ਆਈ। ਹੁਣ ਵੇਖਣ ਦੀ ਲੋੜ ਹੀ ਨਹੀਂ, ਜਦੋਂ ਜਾਂਦੇ ਆ ਖੇਤ ਜੀ ਉਦੋਂ ਲਾਈਟ ਹੁੰਦੀ ਆ, 24 ਘੰਟਿਆਂ ਨੂੰ ਲਾਈਟ ਚੱਲੀ ਜਾਂਦੀ ਆ, ਵਾਧੂ ਲੇਬਰਾਂ ਲੱਗੀਆਂ ਪਈਆਂ ਜੀ, ਲੋਕਾਂ ਦਾ ਝੋਨਾ ਫਟਾਫਟ ਲੱਗੀ ਜਾਂਦਾ। ਇਹ ਨਹੀਂ ਕੋਈ ਗੱਲ ਵੀ ਕਿਸੇ ਲੇਬਰ ਬੈਠੀ ਆ ਪਾਣੀ ਲਓ ਜਾਂ ਕਿਵੇਂ ਵੀ ਆ, ਵਾਧੂ ਲੇਬਰਾਂ ਵੇਖੋ ਤੁਹਾਡੇ ਸਾਹਮਣੇ ਲੱਗੀਆਂ ਕਿਵੇਂ, ਦਰਿਆਵਾਂ ਦੇ ਦਰਿਆ ਲੱਗੇ ਪਏ ਆ, ਸਾਰੇ ਰੋਡ ਤੇ ਤੁਰੇ ਜਾਓ, ਮੋਟਰਾਂ ਸਾਰੀਆਂ ਬੰਦ ਪਈਆਂ। ਤੁਹਾਡਾ ਪਿੰਡ ਕਿਹੜਾ? ਸੰਧਵਾ ਪਿੰਡ ਹੈ ਜੀ। ਸੰਧਵਾ ਪਿੰਡ ਹੈ। ਕਿੰਨੇ ਏਕੜ ਤੁਸੀਂ ਝੋਨਾ ਲਾਉਂਦੇ? 50 ਕਿੱਲੇ ਏਕੜ ਖੇਤੀ ਕਰਦੇ ਜੀ। 50 ਕਿੱਲੇ ਤੁਸੀਂ ਝੋਨਾ ਲਾਉਣੇ ਹੋ? ਹਾਂ, 8.5-10 ਮੋਟਰਾਂ ਸਾਰੀਆਂ ਬੰਦ ਪਈਆਂ। ਇਹ ਤੋਂ ਪਹਿਲੀਆਂ ਸਰਕਾਰਾਂ ਬਾਰੇ? ਪਹਿਲੀਆਂ ਸਰਕਾਰਾਂ 'ਚ ਲਾਈਟ ਆਉਂਦੀ ਬਹੁਤ ਘੱਟ ਆਉਂਦੀ ਸੀ ਜੀ। ਹਾਂ, ਹੁਣ ਜਿਹੜੀ ਹੁਣ ਤਾਂ ਲਾਈਟ 24 ਘੰਟੇ ਚੱਲੀ ਜਾਂਦੀ ਹੈ, ਉਹ ਬਲਬ ਵੇਖ ਲਓ ਚੱਲੀ ਜਾਂਦਾ। ਇਹ ਨਹੀਂ ਕੋਈ ਮਤਲਬ ਊਂ ਹੀ ਕਿੱਥੇ ਵੀ ਸੰਧਵਾਂ ਦੇ ਕਰਕੇ ਤੁਸੀਂ ਆਏ ਆ, ਪਰ ਨਹੀਂ ਆਮ ਚੱਲੀ ਜਾਂਦੀ ਹੈ ਲਾਈਟ। ਉਦੋਂ ਤੁਸੀਂ ਧਰਨੇ ਮੁਜ਼ਾਹਰੇ, ਸਾਡੇ ਪਿੰਡ ਸੰਧਵਾਂ ਧਰਨਾ ਲੱਗਿਆ ਰਿਹਾ ਜੀ ਪਿਛਲੀ ਵਾਰੀ।
ਅੱਛਾ ਸੰਧਮਾ ਲਾਈਟ ਦੇ ਕਰਕੇ ਧਰਨਾ ਲਾਇਆ ਐਸ ਡੀ ਓ ਸਾਹਿਬ ਆਏ ਸੀਗੇ ਉੱਥੇ ਪੁਲਿਸ ਮੁਲਾਜ਼ਮ ਵੀ ਆਏ ਸੀਗੇ ਉਦੋਂ ਮੁੜ ਕੇ ਲਾਈਟ ਆਉਣ ਮਗਰੋਂ ਆਉਣ ਲੱਗੀ ਧਰਨੇ ਤੋਂ ਬਾਅਦ ਪਹਿਲਾਂ ਤਾਂ ਕਦੇ 2 ਘੰਟੇ ਆ ਜਾਂਦੀ ਸੀ ਉੱਠ ਜਾਂਦੀ ਸੀ ਆ ਜਾਂਦੀ ਘੰਟਾ ਉੱਠ ਜਾਂਦੀ ਉਸੇ ਕੈਰੇ 'ਚ ਪਾਣੀ ਪਈ ਜਾਂਦਾ ਸੀਗਾ ਜੀ ਉਹਦੇ ਪਹਿਲਾਂ ਤੁਹਾਡੇ ਵੱਡੇ ਵਡੇਰੇ ਵੀ ਧਰਨੇ ਲਾਉਂਦੇ ਰਹੇ ਧਰਨੇ ਲਾਉਣੇ 'ਚ ਉਹ ਲਾਈਟ ਨਹੀਂ ਆਉਂਦੀ ਧਰਨੇ ਲਾਉਣੇ ਪੈਂਦੇ ਸੀਗੇ ਕਾਂਗਰਸ ਸਰਕਾਰ ਵੇਲੇ ਕਿ ਅਕਾਲੀ ਸਰਕਾਰ ਵੇਲੇ ਦੋਵਾਂ ਮੌਕੇ ਚੱਲੀ ਜਾਂਦਾ ਸੀ ਕੰਮ ਦੋਵਾਂ ਮੌਕੇ ਇਹੀ ਹਾਲ ਸੀ ਮੰਤਰਾ ਮਨਪ੍ਰੀਤ ਸਿੰਘ ਮਨਪ੍ਰੀਤ ਜੀ ਕਿੰਨੇ ਕਿੱਲੇ ਲਾਉਂਦੇ ਹੋ ਤੁਸੀਂ ਝੋਨਾ 15 ਕਿੱਲੇ 15 ਕਿੱਲੇ ਬਿਜਲੀ ਬਾਰੇ ਜਿਹੜੀ ਗੱਲ ਹੋ ਰਹੀ ਹੈ ਤੁਹਾਡੇ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਗੱਲਾਂ ਕੀਤੀਆਂ ਇਹ ਤੋਂ ਵੱਖਰੀ ਕੀ ਗੱਲ ਕਰਨੀ ਚਾਹੋਗੇ ਵੱਖਰੀ ਇਹੀ ਆਈ ਵੀ ਜਦੋਂ ਨਿੱਕੇ ਹੁੰਦੇ ਸੀਗੇ ਤੇ ਘਰਦਿਆਂ ਨਾਲ ਜਾਂਦੇ ਸੀਗੇ ਵਹਿੰਦੇ ਸੀਗੇ ਵੀ ਲਾਈਟ ਨਹੀਂ ਸੀ ਆਉਂਦੀ ਤੇ ਤੇਲ ਵੀ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਜਿਹੜੇ ਹਿਸਾਬ ਨਾਲ ਮਹਿੰਗਾ ਹੈਗਾ ਤੇ ਬੋਰਾਂ ਨਾਲ ਵੀ ਨਹੀਂ ਪੂਰਾ ਆਉਂਦਾ ਸੀ ਤੇ ਲਾਈਟ ਸੀ ਜਿਹੜੀ ਜਿਵੇਂ ਚੱਲਦੀ ਸੀ ਵਾਹਣਾ 'ਚ ਤੇ ਨਹੀਂ ਇੰਨਾ ਕੋਈ ਭਰਦਾ ਸੀਗਾ ਪਾਣੀ ਵੀ ਲਾਈਟ ਆਉਂਦੀ ਸੀ ਜਾ ਵੜੇਂਦੀ ਸੀਗੀ ਤੇ ਧਰਨੇ ਧੁਰਨੇ ਵੀ ਵੇਖੇ ਆ ਜਦੋਂ ਜਾਂਦੇ ਸੀਗੇ ਘਰਦਿਆਂ ਨਾਲ ਜਾਂਦੇ ਸੀ ਤੇ ਧਰਨਿਆਂ ਤੇ ਵੀ ਗਏ ਆ ਤੇ ਪਰ ਹੁਣ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹਦੇ ਨਾਲ ਜੇ ਵੇਖਿਆ ਜਾਵੇ ਤਾਂ ਤੁਸੀਂ ਆਪ ਹੀ ਵੇਖ ਸਕਦੇ ਹੋ ਵੀ ਲਾਈਟ ਤਾਂ ਹੈਗੀ ਆ ਪਰ ਮੋਟਰਾਂ ਜੋ ਨੇ ਉਹ ਬੰਦ ਪਈਆਂ ਨੇ ਤੇ ਵਾਹਣ ਆ ਜੋ ਪਾਣੀ ਨਾਲ ਭਰੇ ਪਏ ਆ ਤੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ ਤੇ ਪਾਣੀ ਦੀ ਜੋ ਘਾਟ ਸੀਗੀ ਉਹ ਪੂਰੀ ਹੋ ਗਈ ਹੈ ਜਿਵੇਂ ਬਿਜਲੀ ਕਰਕੇ ਹੋਈ ਹੈ ਕਿ ਇੰਦਰ ਦੇਵਤਾ ਖੁਸ਼ ਹੋਇਆ ਜਿਵੇਂ ਇੰਦਰ ਦੇਵਤਾ ਵੀ ਬਾਕੀ ਵੇਖਿਆ ਜਾਵੇ ਬਿਜਲੀ ਦੀ ਵੀ ਜੋ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਇੰਦਰ ਦੇਵਤਾ ਹਰ ਸਮੇਂ ਆਪਣੇ ਨਾਲ ਨਹੀਂ ਨਾ ਪੂਰਾ ਲਾ ਸਕਦੇ ਸੋ ਬਿਜਲੀ ਦੀ ਵੀ ਪੂਰੀ ਜੋ ਡਿਮਾਂਡ ਸੀਗੀ ਉਹ ਪੂਰੀ ਹੋਈ ਹੈ ਇਸ ਸਮੇਂ ਜੋ ਵਾਅਦਾ ਉਹਨਾਂ ਨੇ ਕੀਤਾ ਸੀ ਉਹ ਵੇਖਿਆ ਜਾਵੇ ਤਾਂ ਪੂਰਾ ਉਹ ਪੂਰੇ ਉਤਰੇ ਆ ਉਸ ਤੇ ਕੀ ਨਾਮ ਹੈ ਜੀ ਆਪਣਾ ਸਰਦਾਰ ਬਲਤੇਜ ਸਿੰਘ ਸੂਰਪੁਰੀ ਜੀ ਕਿਸਾਨ ਯੂਨੀਅਨ ਫਤਿਹ ਪੰਜਾਬ ਦਾ ਜੀ ਸੂਬਾ ਸੀਨੀਅਰ ਮੀਤ ਪ੍ਰਧਾਨ ਜੀ ਬਲਤੇਜ ਸਿੰਘ ਜੀ ਜਿਹੜਾ ਹੁਣ ਅਮਨ ਨੇ ਵੀ ਆਪਣਾ ਪੱਖ ਰੱਖਿਆ ਸੁਖਮੰਦਰ ਨੇ ਵੀ ਬਲਦੇਵ ਨੇ ਵੀ ਸਾਰਿਆਂ ਨੇ ਰੱਖਿਆ ਇੱਕ ਹੋਰ ਵੱਖਰਾ ਸਵਾਲ ਹੈ ਆਪਾਂ ਬਿਜਲੀ ਨੂੰ ਪਾਸੇ ਛੱਡ ਦਈਏ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਬਈ ਧਰਤੀ ਹੇਠਾਂ ਪਾਣੀ ਦੀ ਲੋੜ ਹੀ ਨਹੀਂ ਪੈਣੀ ਨੌਬਤ ਹੀ ਨਹੀਂ ਆਉਣੀ ਖਿੱਚਣ ਦੀ ਤੁਹਾਨੂੰ ਅਸੀਂ ਨਹਿਰਾਂ ਰਾਹੀਂ ਸੂਹਿਆਂ ਰਾਹੀਂ ਰਜਵਾਹਿਆਂ ਰਾਹੀਂ ਟੇਲਾਂ ਤੱਕ ਪਾਣੀ ਪਹੁੰਚਾ ਦਾਂਗੇ ਉਹ ਕਿੱਥੋਂ ਤੱਕ ਸਹੀ ਹੈ ਜੀ ਓਏ ਉਹ ਹੈ ਜੀ ਹੈ ਤਾਂ ਕੁੱਲ ਮਿਲਾ ਕੇ ਸਹੀ ਚੱਲੀ ਜਾਂਦਾ ਪਰ ਕਈ ਥਾਈਂ ਟੇਲਾਂ ਦੇ ਵਿੱਚ ਰਜਵਾਹਿਆਂ ਦਾ ਸਹੀ ਸਫਾਈ ਨਾ ਹੋਣ ਕਾਰਨ ਜੀ ਮੁਰੰਮਤ ਨਾ ਹੋਣ ਕਾਰਨ ਜੀ ਕਈ ਥਾਵਾਂ ਤੇ ਢਹਿ ਵੀ ਚੁੱਕੇ ਖਾਲੇ ਵੀ ਢਹਿ ਚੁੱਕੇ ਆ ਕੋਈ ਉਦਾਹਰਣ ਦਿਓਗੇ ਕਿੱਥੋਂ ਦੀ ਟੇਲਾਂ ਤੇ ਜਿਹੜਾ ਪਾਣੀ ਆ ਨਾ ਜੀ ਉਹ ਕਈ ਪਿੰਡਾਂ ਦੀ ਸਮੱਸਿਆ ਹੈਗੀ ਹੈ ਕਿ ਟੇਲਾਂ ਤੇ ਪਾਣੀ ਪੂਰਾ ਨਹੀਂ ਪਹੁੰਚ ਰਿਹਾ ਹਾਂਜੀ ਕਿਸੇ ਦੀ ਉਦਾਹਰਣ ਦਿਓਗੇ ਕਿਸੇ ਸੂਏ ਰਜਵਾਹੇ ਦੀ ਹਾਂਜੀ ਕਿਸੇ ਦੀ ਇੱਕ ਤਾਂ ਜੀ ਜਿਹੜਾ ਆਹ ਆਪਣਾ ਦੋਦਾ ਸੂਆ ਹੈ ਜੀ ਦੋਦਾ ਸੂਆ ਹਾਂਜੀ ਉਹ ਮਗਰ ਕਈ ਥਾਵਾਂ ਤੋਂ ਖਰਾਬ ਹੋਣ ਕਰਕੇ ਜੀ ਉਹ ਵੀ ਕਈ ਥਾਵਾਂ ਤੋਂ ਟੁੱਟਿਆ ਕਰਕੇ ਪੂਰਾ ਪਾਣੀ ਜਦੋਂ ਛੱਡਦੇ ਆ ਗਾਂ ਜਾ ਕੇ ਉਹਦੀ ਪੂਰੀ ਮਤਲਬ ਭਰਪਾਈ ਨਹੀਂ ਹੁੰਦੀ ਨਹਿਰੀ ਵਿਭਾਗ ਹੈ ਜ਼ਿੰਮੇਵਾਰ ਇਹਦੇ ਲਈ ਚਲੋ ਮੁੱਖ ਮੰਤਰੀ ਪੰਜਾਬ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਕਹਿੰਦੇ ਆ ਜੀ ਵੀ ਪਾਣੀ ਤਾਂ ਠੀਕ ਚੱਲੀ ਜਾਂਦਾ ਮਗਰੋਂ ਪਰ ਜਿਹੜੇ ਰਜਵਾਹੇ ਅੱਜ ਕੰਡਮ ਹੋ ਚੁੱਕੇ ਆ ਉਹਨਾਂ ਦੀ ਥੋੜ੍ਹੀ ਬਹੁਤੀ ਮੁਰੰਮਤ ਕੀਤੀ ਜਾਵੇ ਤਾਂ ਕਿਸਾਨ ਨੂੰ ਕੋਈ ਸੁੱਖ ਦਾ ਸਾਹ ਤੁਸੀਂ ਬਲਤੇਜ ਸਿੰਘ ਜੀ ਇਸ ਗੱਲ ਨਾਲ ਸਹਿਮਤ ਹੋ ਬਈ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਕਰ ਲਿਆ ਸੀ ਤੇ ਸਾਨੂੰ ਨਹਿਰੀ ਪਾਣੀ ਤੇ ਨਿਰਭਰ ਹੋਣਾ ਚਾਹੀਦਾ ਸਹਿਮਤ ਅਸੀਂ ਇਹ ਆਨੇ ਆ ਵੀ ਸਾਨੂੰ ਨਹਿਰੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਆ ਸੰਜਮ ਨਾਲ ਕਰਨੀ ਚਾਹੀਦੀ ਆ ਤੇ ਅਣਸਰਦੇ ਨੂੰ ਮੋਟਰਾਂ ਵਾਲਾ ਪਾਣੀ ਧਰਤੀ ਹੇਠਲਾ ਕੱਢਣਾ ਚਾਹੀਦਾ ਕਿਉਂਕਿ ਜੇ ਇਸੇ ਤਰ੍ਹਾਂ ਵਰਤਾਰਾ ਚੱਲਦਾ ਰਿਹਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਹੁਤ ਖਰਾਬ ਹੋ ਜਾਊਗਾ ਕੀ ਨਾਮ ਹੈ ਜੀ ਆਪਣਾ ਗੁਰਮੇਲ ਸਿੰਘ ਧਾਲੀਵਾਲ ਜੀ ਹਾਂਜੀ ਗੁਰਮੇਲ ਸਿੰਘ ਧਾਲੀਵਾਲ ਜੀ ਕਿਹੜੀ ਜਥੇਬੰਦੀ ਆ ਤੁਹਾਡੀ ਜੀ ਪੰਜਾਬ ਫਤਿਹ ਅੱਛਾ ਜੀ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਅਹੁਦਾ ਮੇਰਾ ਹੈਗਾ ਜੀ ਜ਼ਿਲ੍ਹਾ ਮੀਤ ਪ੍ਰਧਾਨ ਜੀ ਜਿਹੜਾ ਕੱਸੀ ਦਾ ਪਾਣੀ ਆ ਜੀ ਇਹਦੀ ਬਹੁਤ ਥਾਵਾਂ ਤੇ ਦਿੱਕਤ ਹੈਗੀ ਆ ਜੀ ਜਿਹੜੀ ਕਿ ਪਿੱਛੋਂ ਤੁਰੀ ਆਉਂਦੀ ਰਹੀ ਜੀ ਹੁਣ ਤੁਹਾਨੂੰ ਮੈਂ ਨੇੜ ਦੀ ਧਾਰਨਾ ਦੇ ਦਿੰਦਾ ਜੀ ਜੀ ਵੀ ਜਿਹੜੀ ਢੈਪੀ ਵਾਲੀ ਨਹਿਰ ਆ ਜੀ ਇਹ ਨਹਿਰ ਦੇ ਉੱਤੇ ਜਿਹੜਾ ਜੈਤੋ ਰੋਡ ਤੇ ਮੋਗਾ ਲੱਗਿਆ ਜੀ ਉਹ ਪਿੰਡ ਮੱਤੇ ਨੂੰ ਜਾਂਦਾ ਜੀ ਉਹਦਾ ਪਾਣੀ ਤਕਰੀਬਨ ਅਰਮਾਣਿਆਂ ਤੱਕ ਹੀ ਖਤਮ ਹੋ ਜਾਂਦਾ ਜੀ ਉਦੋਂ ਗਾ ਜਿਹੜਾ ਉਹਦੇ 'ਚ ਮੱਤੇ ਦਾ ਰਕਬਾ ਗੱਡੀ ਦੀ ਲਾਈਨ ਦੇ ਨਾਲ ਬਿਲਕੁਲ ਉਹ 8-7 ਸਾਲ ਤੋਂ ਜਮਾਂ ਮਾਰੂ ਹੀ ਪਿਆ ਜੀ ਤੇ ਪਿੱਛੇ ਅਕਾਲੀ ਸਰਕਾਰ ਵੀ ਰਹੀ ਕਾਂਗਰਸ ਸਰਕਾਰ ਵੀ ਰਹੀ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਤੁਸੀਂ ਦਿੰਦੇ ਲਿਖਤੀ ਰੂਪ ਹਾਂਜੀ ਹਾਂ ਹੁਣ ਦਿੱਤਾ ਇਸ ਸਰਕਾਰ ਨੂੰ ਨਹੀਂ ਜੀ ਇਸ ਸਰਕਾਰ ਨੂੰ ਹਜੇ ਨਹੀਂ ਦਿੱਤਾ ਜੀ ਉਹਦੇ ਤੇ ਜੀ ਉੱਥੇ ਸੁਖਵੀਰ ਬਾਦਲ ਨੇ ਨੀਂਹ ਪੱਥਰ ਵੀ ਰੱਖਿਆ ਹੋਇਆ ਜੀ ਵੀ ਇੱਥੇ ਤੁਹਾਨੂੰ ਕੱਸੀ ਬਣਾ ਦਿਆਂਗੇ ਪਾਣੀ ਪਹੁੰਚੂਗਾ ਉਹ ਨੀਂਹ ਪੱਥਰ ਹੀ ਰਹਿ ਗਿਆ ਨੀਂਹ ਪੱਥਰ ਹੀ ਰਹਿ ਗਿਆ ਪਰ ਉਹਦੀ ਮਗਰੋਂ ਫਿਰ ਕੋਈ ਕਾਂਗਰਸ ਸਰਕਾਰ ਨੇ ਵੀ ਸੁਣਾਈ ਨਹੀਂ ਕੀਤੀ ਜੀ ਉਹਨਾਂ ਦੀ ਸਰਕਾਰ ਵੀ ਨੰਗੀ ਉਸੇ ਤਕਾਂ ਪਿਆ ਜੀ ਉਹ ਰਕਬਾ ਸਾਰਾ ਬਰਾਨੀ ਪਿਆ ਇਸ ਸਰਕਾਰ ਤੋਂ ਉਮੀਦ ਹੈ ਕੋਈ ਇਸ ਤੋਂ ਹੈ ਉਮੀਦ ਜੀ ਜੇ ਗੌਰ ਕਰੂ ਤਾਂ ਇਹਨੂੰ ਲਿਖਤੀ ਰੂਪ ਚ ਦਿਓਗੇ ਦੇਵਾਂਗੇ ਜੀ ਲਿਖਤੀ ਰੂਪ ਚ
हाँ जी, की नाम है जी अपना? अमनदीप सिंह जी, पंजाब प्रधान किसान यूनियन फतेह। किसान यूनियन फतेह पंजाब दे तुसी सूबाई प्रधान हो। अमनदीप सिंह जी, जिहड़ा भगवंत सिंह मान मुख्यमंत्री पंजाब ने कहा सी कि साढ़े सरकार चमक्का भी नहीं मारन देगी बिजली नूं, मुफ्त भी देवांगे, रेगुलर भी देवांगे ते कट भी नहीं लावांगे, उहदे नाल किन्ने सहमत हो? वैसे चलो जिहड़ी पिंडां वाली गल तां पिंडां नाल रहेगी जी, ते जिहड़ी हैगी मेन मोटरां वाली प्रॉब्लम किसानी दी समस्या, क्योंकि अगे असीं पिंडां भी सरकारां मतलब कांग्रेस दी सरकार सी धरने मजारे बिजली घर मूहरे होंदे सीगे वी लाइट खराब है, लाइट आउंदी नहीं जी, दो घंटे छड्डी जी, क्योंकि साडी सोच पहलां तों जथेबंदी बनाउण वेले इह रखी सी वी गलत जिहड़ा चलूगा गलत कहांगे, भावें कोई भी सरकार है चाहे पिंड दा सरपंच है जी। जिहड़ी हैगी पंजाब सरकार दी इह गल्लों दा मैं कहिंदा वी तारीफ करनी बणदी है वी जिहड़ी बिजली महकमे दे विरुद्ध ना ही तो पिछली बार ना इस बार भी सानू ना तो धरना लाउण दी जरूरत पई है, हाँ कुदरती खराबी कोई हो जाए वैसे मौसम करके उदों लाइट खड़ जाओ वक्खरी गल है, पर जिहड़ी किसानी मसलियां दे विच आपां की मोटरां वाली लाइट की कितें भी सानू कोई दिक्कत नहीं पई, ना ही किसी पिंड वालों कोई समस्या आई, सानू फोन कीता वी प्रॉब्लम है नहीं आई समस्या, कोई समस्या नहीं आई। हाँ जी सर, सुखमंदर सिंह सिद्धूपुर जथेबंदी जी, प्रधान है पिंड दा कई दा जी। तुसीं भारतीय किसान यूनियन एकता सिद्धूपुर दे केड़ी इकाई दे प्रधान हो? झोने बिजली सप्लाई दी दिक्कत नहीं आउण देवांगे, चमक्का भी नहीं मारूगी एक दिन भी लाइट, उहदे बारे किन्ने सहमत हो? माड़ा मोटा चमक्का मारदी हुण ठीक है जी लाइट आउंदी। अच्छा, जिवें अमनदीप ढिल्लों ने कहा ਉਹ ਕਹਿੰਦੇ ਅੱਗੇ ਸਾਨੂੰ ਕਾਂਗਰਸ ਸਰਕਾਰ ਵੇਲੇ ਜਾਂ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੇਲੇ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਸੀ ਲਾਈਟ ਪਿੱਛੇ, ਉਹ ਨੌਬਤ ਤਾਂ ਨਹੀਂ ਆਈ? ਨਹੀਂ ਜੀ ਨਹੀਂ, ਉਹ ਨੌਬਤ ਨਹੀਂ ਆਈ। ਮੈਂ ਜਹੇਦਰ ਬਲਦੇਵ ਸਿੰਘ, ਸਰਪ੍ਰਸਤ ਕਮੇਟੀ, ਉਪ ਕਮੇਟੀ, ਕਿਸਾਨ ਯੂਨੀਅਨ ਫਤਿਹ ਪੰਜਾਬ, ਮੈਂ ਇੱਥੇ ਦੇ ਬਿਆਨ ਕਰਦਾ ਵੀ ਜਿਹੜੀ ਬਿਜਲੀ ਦੀ ਤੁਸੀਂ ਦੱਸ ਰਹੇ ਹਾਂ ਨਾ, ਅਸੀਂ ਬਹੁਤ ਧਰਨੇ ਮੁਜ਼ਾਹਰੇ ਪਿਛਲੀ ਵਾਰ ਕੀਤੇ ਹੈ, ਐਰਕੀ ਜਿਹੜੀ ਹੁਣ ਜਿਵੇਂ ਭਗਵੰਤ ਮਾਨ ਪਹਿਲਾਂ ਹੀ ਕੋਈ ਰੱਬ ਵੱਲੋਂ ਮਿਲਿਆ ਕਿਸੇ ਨੂੰ, ਇਹਨਾਂ ਦਾ ਵੀ ਮੈਰ ਕੇ ਮੋਟਰਾਂ ਬੰਦ ਕਰਾ ਦੂੰ, ਅੱਜ ਦੀ ਗੱਲ ਹੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਸਾਡੇ ਪਿੰਡ 'ਚ ਮੋਟਰਾਂ ਬੰਦ ਕਿਹੜੀਆਂ ਬੰਦ ਨੇ? ਬੰਦ ਹੈ। ਅੱਛਾ, ਹਾਂਜੀ, ਮੀਂਹ ਇੰਨਾ ਰੱਬ ਵੱਲੋਂ ਇਹਦੀ ਮਦਦ ਕਰਦਾ, ਰੱਬ ਕਰਦਾ, ਕੁਦਰਤ ਕਰਦੀ ਹੈ, ਪਰ ਇਹਨੇ ਬਿਜਲੀ ਵੱਲੋਂ ਕੋਈ ਹਲੇ ਕਮੀ ਨਹੀਂ ਆਉਣ ਦਿੱਤੀ। ਨਹੀਂ ਆਉਣ ਦਿੱਤੀ? ਨਹੀਂ ਆਉਣ। ਵਾਹਿਗੁਰੂ। ਗੁਰਲਾਲ ਸਿੰਘ ਜੀ, ਕਿਹੜਾ ਪਿੰਡ ਆ? ਪਿੰਡ ਸੰਧਵਾਂ ਜੀ। ਤੁਹਾਡਾ ਪਿੰਡ ਵੀ ਸੰਧਵਾਂ ਹੈ? ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਬੋਲ ਕੇ ਗਏ ਉਹਨਾਂ ਦਾ ਪਿੰਡ ਸੰਧਵਾਂ ਹੀ ਸੀ। ਕੀ ਕਹਿਣਾ ਚਾਹੁੰਦੇ ਹੋ ਬਿਜਲੀ ਬਾਰੇ? ਬਿਜਲੀ ਬਾਰੇ ਕਹਿਣਾ ਚਾਹੁੰਦੇ ਜੀ, ਮਾਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਆਪਣੇ ਵਾਅਦਿਆਂ ਦੇ ਪੂਰੇ ਉੱਤਰਦੇ ਆ ਜੀ। ਜੀ, ਲਾਈਟ ਬਹੁਤ ਆ ਰਹੀ ਹੈ ਜੀ। ਜੀ, ਤੇ ਸਪਲਾਈ ਸਾਨੂੰ ਬੰਦ ਕਰਕੇ ਜਾਣੀਆਂ ਪੈਂਦੀਆਂ ਜੀ ਮੋਟਰਾਂ। ਇੱਕ ਲਾਈਟ ਸੁਬਾਹ ਆਉਂਦੀ ਹੈ ਜੀ, ਤੇ ਸੁਬਾਹ ਸੁਬਾਹ ਕੰਮ 12 ਵਜੇ ਜੀ ਚੱਲ ਕੇ, ਤੇ ਸੁਬਾਹ ਸੁਬਾਹ ਦਾ ਕੰਮ ਨਿਬੜ ਜਾਂਦਾ ਜੀ, ਤੇ ਬਾਅਦ 'ਚ ਬੰਦ ਕਰਕੇ ਜਾਣਾ ਪੈਂਦਾ ਜੀ, ਪਾਣੀ ਵਾਧੂ ਹੈ ਜੀ। ਜਿਹੜਾ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਬਈ ਧਰਤੀ ਹੇਠਲਾ ਪਾਣੀ ਦੀ ਬਜਾਏ ਨਾ ਤੁਹਾਨੂੰ ਅਸੀਂ ਨਹਿਰਾਂ ਤੇ ਨਿਰਭਰ ਕਰ ਦਾਂਗੇ, ਨਹਿਰੀ ਪਾਣੀ ਕਿੰਨਾ ਕੁ ਮਿਲ ਰਿਹਾ? ਨਹਿਰੀ ਪਾਣੀ ਵੀ ਬਹੁਤ ਆ ਰਿਹਾ ਜੀ। ਨਹਿਰਾਂ, ਕੱਸੀਆਂ, ਸੂਹਿਆਂ, ਰਜਬਾਹਿਆਂ ਬਾਰੇ ਵਾਧੂ ਹੈ ਜੀ ਪਾਣੀ? ਵਾਧੂ ਹੈ? ਹਾਂਜੀ, ਵਾਧੂ ਹੈ, ਵਾਧੂ। ਕੋਈ ਦਿੱਕਤ ਨਹੀਂ? ਹਾਂ, ਵਾਧੂ ਸਪਲਾਈ ਚੱਲਦੀ ਹੈ ਜੀ। ਕੋਈ ਇਸ ਵਾਰ ਰੋਸ ਪ੍ਰਦਰਸ਼ਨ, ਧਰਨੇ ਮੁਜ਼ਾਹਰੇ ਕਰਨ ਦੀ ਨੌਬਤ ਆਊਗੀ ਬਿਜਲੀ ਪਿੱਛੇ? ਨਹੀਂ, ਕੋਈ ਨੌਬਤ ਨਹੀਂ ਆਉਣੀ ਜੀ। ਬਿਜਲੀ ਪਿੱਛੇ ਜਾਂ ਪਾਣੀ ਪਿੱਛੇ? ਨਹੀਂ ਜੀ, ਨਹੀਂ ਆਉਣੀ। ਕਿੰਨੇ ਕਿੱਲੇ ਤੁਸੀਂ ਕਾਸ਼ਤ ਕਰਦੇ ਹੋ? ਅਸੀਂ 15 ਕਿੱਲੇ ਕਾਸ਼ਤ ਕਰਦੇ ਹਾਂ। 15? ਪਹਿਲਾਂ ਵੀ ਤੁਹਾਡੇ ਤੋਂ ਇੱਕ 15 ਬੋਲ ਕੇ ਗਏ ਨੇ? ਹਾਂਜੀ, ਉਹ ਇਕੱਠੇ ਚਾਚੇ ਤਾਇਆਂ ਦੇ ਮੁੰਡੇ ਸਰ। ਅੱਛਾ, ਚਾਚੇ ਤਾਇਆਂ ਦੇ? ਹਾਂਜੀ ਹਾਂਜੀ, ਠੀਕ ਹੈ। ਆਪਣਾ ਕੁਲਵਿੰਦਰ ਸਿੰਘ ਨਾਮ ਹੈ ਜੀ। ਕੁਲਵਿੰਦਰ ਸਿੰਘ ਜੀ, ਕਿਹੜਾ ਪਿੰਡ ਹੈ? ਸੰਧਵਾਂ ਜੀ ਆਪਣਾ। ਅੱਛਾ, ਕੀ ਕਹਿਣਾ ਚਾਹੋਗੇ ਜਿਹੜਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀਗਾ? ਹਾਂਜੀ, ਬਈ ਤੁਹਾਨੂੰ ਨਾ ਅਸੀਂ ਨਹਿਰੀ ਪਾਣੀ ਇੰਨਾ ਕੁ ਦੇ ਦਿਆਂਗੇ ਕਿ ਧਰਤੀ ਹੇਠਲੇ ਪਾਣੀ ਦੀ ਲੋੜ ਹੀ ਨਹੀਂ ਪੈਣੀ। ਹਾਂਜੀ, ਕਿੰਨੇ ਸਹਿਮਤ ਹੋ? ਆਪਣਾ ਜੀ ਭਗਵੰਤ ਸਿੰਘ ਮਾਨ ਤੇ ਬਿਲਕੁਲ ਹੀ ਸਹਿਮਤ ਹੈ। ਸਭ ਤੋਂ ਪਹਿਲਾਂ ਗੱਲ ਹੈ ਵੀ ਬਿਜਲੀ ਉਹਨਾਂ ਨੇ ਜਿਹੜੀ ਲੋੜ ਆ ਸਾਡੀ ਪੂਰੀ ਕੀਤੀ ਹੈ। ਇਸ ਵਕਤ ਲਾਈਟ ਚੱਲ ਰਹੀ ਹੈ ਤੇ ਸਾਨੂੰ ਲਾਈਟ ਦੀ ਜ਼ਰੂਰਤ ਨਹੀਂ ਕਿਉਂਕਿ ਪਾਣੀ ਬਹੁਤ ਹੈ। ਤੇ ਬਾਕੀ ਜਿਹੜਾ ਕੋਈ ਹੈ, ਹੁਣ ਕਿਸਾਨਾਂ ਨੂੰ ਲੋਕ ਆਖਦੇ ਆ ਵੀ ਕਿਸਾਨ ਪਾਣੀ ਬਰਬਾਦ ਕਰਦੇ ਆ। ਨਹੀਂ, ਵਿਰੋਧੀ ਤਰ੍ਹਾਂ ਕਹਿ ਰਹੇ ਆ, ਵਿਰੋਧੀ ਤਰ੍ਹਾਂ ਅਕਾਲੀ ਤੇ ਕਾਂਗਰਸ ਹੀ ਕਹਿ ਰਹੇ ਨੇ ਗੱਲ। ਨਹੀਂ, ਆਪਾਂ ਸਾਰੀਆਂ ਸਰਕਾਰਾਂ ਦੀ ਗੱਲ ਕਰ ਰਹੇ, ਜੋ ਵੀ ਨੁਮਾਇੰਦੇ ਹੁਣ ਤੱਕ ਚੁਣੇ ਆ ਉਹ ਸਾਰਿਆਂ ਦੇ ਵੀ ਕਿਸਾਨ ਪਾਣੀ ਖਰਾਬ ਕਰ ਰਿਹਾ ਜੀ। ਕਿਸਾਨ ਪਾਣੀ ਨਹੀਂ ਖਰਾਬ ਕਰ ਸਕਦਾ, ਕਿਸਾਨ ਤਾਂ ਲੋਕਾਂ ਨੂੰ ਰੋਜੀ ਰੋਟੀ ਦਿੰਦਾ, ਅੰਨ ਦਿੱਤਾ। ਹਾਂਜੀ, ਇੰਡਸਟਰੀਆਂ ਜੋ ਆ ਸਾਰੇ ਸ਼ਹਿਰਾਂ ਦੇ ਵਿੱਚ ਕਿੰਨਾ ਪਾਣੀ ਵੇਸਟ ਹੋ ਰਿਹਾ ਜੀ, ਉਹਨਾਂ ਦੀ ਰੋਕਥਾਮ ਵਾਸਤੇ ਗੌਰਮੈਂਟ ਨੂੰ ਇੱਕ ਕਦਮ ਚੰਗੇ ਚੁੱਕਣੇ ਚਾਹੀਦੇ ਆ ਜੀ।
तो मेरे हिसाब से हुण तक मुख्यमंत्रियों तो सब तो बेस्ट भगवंत सिंह मान मुख्यमंत्री है पंजाब के असी गांह नूं उहनां दी सरकार ही लियांगे। अच्छा जी। हाँ जी, मुख्यमंत्री पंजाब भगवंत सिंह मान ने दो दावे किए सी। एक तो कहंदे सीगे कि असी झोने की बिजाई मौके बिजली सप्लाई निरंतर देवांगे, बिजली दे कट लाउणे तां दूर बिजली झमक्का भी नहीं मारूगी। इहदे बारे इन्हां किसानां दा की कहना है उह तुसीं सुण ही लै, बाकी तुसीं सुण ही रहे हो। दूजा उन्होंने कहा सी वी नहरी पानी ते निर्भर होना जरूरी है, धरती दे हेठों जिहड़ा पानी खिंचया जा रहा है उहदे नाल बड़ा नुकसान है, पानी बहुत डूंघे हुंदे जा रहे ने। उहदे बारे किसानां दा की कहना है? कुछ किसान कहिंदे ने बिजली सप्लाई निरंतर जारी है, सगो सानू अकाली भाजपा गठजोड़ सरकार मौके ते कांग्रेस सरकार मौके बिजली सप्लाई लई धरने लाने पैंदे सी, रोस मुजाहरे करने पैंदे सी, ते दूजे पासे इस बार सानू धरना लाउण दी नौबत ही नहीं आई। कुछ ने कहा भी कस्सियां रजवाइयां सूहां दी मरम्मत जरूरी है, पर उह कहिंदे नहरी पानी है जिहड़ा, नहरी पानी वाली समस्या काफ़ी हद तक हल हो गई है। इहदे बारे वध तों वध प्रतिक्रम करके दसना है कि एक किसानों का दावा कितों तक ठीक है। भगवंत सिंह मान ने कहा कि बिजली झमक्का भी नहीं मारूगी, तो इन्हां किसान वीरां का कहना है कि वाकई बिजली ने एक बारी भी झमक्का भी नहीं मारिया। कोटकपुरे तो कैमरामैन गुरमीत सिंह मीता दे नाल गुरिंदर सिंह।